ਸਮਾਂ ਦਿੱਤਾ ਜਾਵੇ। 6 ਮਹੀਨੇ ਦੇ ਅੰਦਰ ਅੰਦਰ ਅਸੀਂ ਆਪਣਾ ਫੈਸਲਾ ਕਰਕੇ ਜ਼ਰੂਰ ਦੱਸਾਂਗੇ, ਜਾਂ ਅਸੀਂ ਇਸਲਾਮ ਕਰਾਂਗੇ, ਇਸਲਾਮ ਕਬੂਲ ਕਰਾਂਗੇ। ਜੇ ਇਸਲਾਮ ਨਾ ਕਬੂਲਿਆ ਅਸੀਂ ਮਰਨ ਵਾਸਤੇ ਤਿਆਰ ਹਾਂ, ਜੋ ਮਰਜ਼ੀ ਸਾਡੇ ਨਾਲ ਕਰ ਲੈਣਾ। ਖਾਲਸਾ ਜੀ, ਸਮਾਂ ਬੀਤਦਾ ਤੁਰਿਆ ਜਾਂਦਾ, ਔਰੰਗਜ਼ੇਬ ਨੇ 6 ਮਹੀਨੇ ਦਾ ਸਮਾਂ ਦਿੱਤਾ ਕਿ ਜੇ ਇਹ ਵਿਦਵਾਨ ਪੰਡਿਤ ਇਸਲਾਮ ਦੇ ਵਿੱਚ ਆ ਜਾਣ, ਇਸਲਾਮ ਧਾਰਨ ਕਰ ਲੈਣ, ਤਾਂ ਗੁਰੂ ਕੀ ਸਿੰਘ ਆਮ ਜਨਤਾ ਦੇ ਵਾਸਤੇ, ਆਮ ਜਨਤਾ ਨੂੰ ਇਸਲਾਮ ਦੇ ਵਿੱਚ ਲਿਆਉਣਾ ਕੀ ਮੁਸ਼ਕਿਲ ਗੱਲ ਹੈ, ਸੁਖਾਲੀ ਗੱਲ ਹੈ। ਗੁਰੂ ਕੀ ਸਿੰਘ ਸਮਾਂ ਦੇ ਦਿੱਤਾ ਗਿਆ। ਹੋਮ ਮਰਨ, ਇੱਥੇ ਅਮਰਨਾਥ ਦਾ ਮੰਦਰ ਪੈਂਦਾ ਜਿੱਥੇ ਸ਼ਿਵਜੀ ਭੋਲੇਨਾਥ ਨੇ ਕਿਸੇ ਸਮੇਂ ਮਾਈ ਪਾਰਵਤੀ ਨੂੰ ਅਮਰ ਕਥਾ ਸੁਣਾ ਕੇ ਅਮਰ ਕੀਤਾ ਸੀ। ਸੱਸ ਵਹਿਰੂ ਆਪ ਅਮਰ ਹੈ, ਉਹਦਾ ਨਾਮ ਵੀ ਅਮਰ ਕਰਕੇ ਰੱਖ ਦੇਣ ਵਾਲਾ ਹੈ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਖਾਲਸਾ ਦੀ ਇਸ ਅਮਰਨਾਥ ਜੀ ਦੇ ਮੰਦਰ ਦੇ ਵਿੱਚ ਇਹਨਾਂ ਵਿਦਵਾਨ ਪੰਡਤਾਂ ਨੇ ਗੁਰੂ ਕੀ ਸੰਗਤ ਇੱਕ ਹੋਮ ਵਰਨੀ ਮੰਤਰ ਦਾ ਜਾਪ, ਜਿਵੇਂ ਅਸੀਂ ਅਖੰਡ ਪਾਠ ਸਾਹਿਬ ਕਰਦੇ ਹਾਂ, ਪ੍ਰਾਰੰਭ ਕਰਦੇ ਹਾਂ। ਕਈ ਵਾਰੀ ਅਖੰਡ ਪਾਠ ਸਾਹਿਬਾਂ ਦੀ ਸਾਹਿਬ ਦੇ ਪਾਠਾਂ ਦੀ ਲੜੀ ਸ਼ੁਰੂ ਕਰ ਦਿੰਦੇ ਹਾਂ, 100-100 ਅਖੰਡ ਪਾਠ ਸ਼ੁਰੂ ਕਰ ਦਿੰਦੇ ਹਾਂ, ਕਈ ਵਾਰੀ 200-200 ਅਖੰਡ ਪਾਠ ਸਾਹਿਬ ਦੀ ਲੜੀ ਸ਼ੁਰੂ ਕਰ ਦਿੰਦੇ ਹਾਂ। ਇਹਨਾਂ ਵਿਦਵਾਨ ਪੰਡਤਾਂ ਨੇ ਇਸ ਅਮਰਨਾਥ ਦੇ ਮੰਦਰ ਦੇ ਵਿੱਚ ਹੋਮ ਵਰਨੀ ਮੰਤਰ ਨਾਂ ਦੇ ਜਾਪ ਦੀ ਸਾਧਨਾ ਦੀ ਲੜੀ ਸ਼ੁਰੂ ਕਰ ਦਿੱਤੀ। ਹਜ਼ਾਰਾਂ ਦੀ ਸਮੱਗਰੀ ਘਿਓ ਦੇ ਰੂਪ ਵਿੱਚ, ਖਾਲਸਾ ਦੀ ਧੂਹ ਬੱਤੀਆਂ ਦੇ ਰੂਪ ਵਿੱਚ ਸਾਧ ਸੰਗਤ ਜੀ ਇਸ ਮਾਫ ਕਰਨਾ ਜਾਪ ਦੇ ਵਿੱਚ ਵਰਤੀ ਜਾ ਰਹੀ ਹੈ। ਲਗਾਤਾਰ 6 ਮਹੀਨੇ ਦਾ ਸਮਾਂ ਇਸ ਮੰਤਰ ਦਾ ਜਾਪ ਇਸ ਮੰਦਰ ਵਿੱਚ ਕੀਤਾ ਜਾ ਰਿਹਾ। ਜਦੋਂ 6 ਮਹੀਨੇ ਦਾ ਸਮਾਂ ਪੂਰਾ ਹੋਣ ਤੇ ਗਿਆ, ਇਸ ਮੰਦਰ ਦੇ ਵਿੱਚੋਂ ਇੱਕ ਆਵਾਜ਼ ਨਿਕਲੀ, ਸ਼ਿਵਜੀ ਭੋਲੇਨਾਥ ਦੀ ਆਵਾਜ਼ ਆਈ। ਉਸ ਆਵਾਜ਼ ਨੇ ਆਖਿਆ, ਪੰਡਿਤ ਜੀ ਮਾਫ ਕਰਨਾ, ਇਸ ਸਮੇਂ ਜੇ ਤੁਹਾਡੇ ਧਰਮ ਦੀ ਰੱਖਿਆ ਕਰ ਸਕਦਾ, ਘਬਰਾਓ ਨਹੀਂ, ਚਿੰਤਾ ਨਹੀਂ ਕਰੋ, ਫਿਕਰ ਨਹੀਂ ਕਰੋ। ਇਸ ਸਮੇਂ ਜੇਕਰ ਤੁਹਾਡੇ ਧਰਮ ਦੀ ਰੱਖਿਆ ਕਰਨ ਵਾਲੇ ਜੇਕਰ ਕੋਈ ਇਸ ਮਹਾਂਪੁਰਖ ਦੀ ਧਰਤੀ ਤੇ ਹਨ, ਉਹ ਸਤਿਗੁਰ ਗੁਰੂ ਤੇਗ ਬਹਾਦਰ ਮਹਾਰਾਜ ਹਨ। ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਦੇ 9ਵੇਂ ਵਾਰਸ਼, ਜੋ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰੂ ਕੀ ਸਿੰਘ ਬਿਰਾਜਮਾਨ ਹਨ, ਸੰਗਤਾਂ ਦਾ ਉਧਾਰ ਕਰਦੇ ਹਨ। ਤੁਸੀਂ ਉਹਨਾਂ ਦੇ ਚਰਨਾਂ ਵਿੱਚ ਚਲੇ ਜਾਓ, ਜਾ ਕੇ ਆਪਣੀ ਫਰਿਆਦ ਕਰੋ, ਆਪਣਾ ਦੁੱਖ ਰੋਵੋ, ਆਪਣਾ ਰੋਣਾ ਰੋਵੋ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੇ ਧਰਮ ਦੀ ਜ਼ਰੂਰ ਰੱਖਿਆ ਕਰਨਗੇ। ਇਹ ਗੱਲ ਸੁਣ ਕੇ ਕਸ਼ਮੀਰ ਦੇ ਵਿਦਵਾਨ ਪੰਡਿਤ ਖਾਲਸਾ ਜੀ ਬੜੇ ਖੁਸ਼ ਹੋਏ, ਕੋਈ ਦਿਲਾਸਾ ਹੋਇਆ, ਕੋਈ ਮਨ ਨੂੰ ਧੀਰਜ ਆਈ। ਇੱਕ ਵਿਦਵਾਨ ਪੰਡਤਾਂ ਦਾ ਬਹੁਤ ਵੱਡਾ ਕਾਫਲਾ ਖਾਲਸਾ ਜੀ ਕਸ਼ਮੀਰ ਦੀ ਧਰਤੀ ਤੋਂ ਵਾਟਾਂ ਮਾਰਦੇ, ਪਿੰਡਾਂ ਤੈਅ ਕਰਦੇ। ਉਹਨਾਂ ਸਮਿਆਂ ਦੇ ਵਿੱਚ ਕੱਚੇ ਰਾਹ ਹੁੰਦੇ, ਜੰਗਲਾਤ ਬਹੁਤੇ ਹੁੰਦੇ ਸਨ। ਖਾਲਸਾ ਜੀ ਪੰਜਾਬ ਦੀ ਧਰਤੀ ਵੱਲ ਨੂੰ ਵਧਦਾ ਜਾ ਰਿਹਾ। ਖਾਲਸਾ ਜੀ ਗੁਰੂ ਕੀ ਸੰਗਤ ਪੰਜਾਬ ਦੀ ਧਰਤੀ ਤੇ ਪੁੱਜ ਕੇ ਮਾਫ ਕਰਨਾ, ਖਾਲਸਾ ਦੀ ਇਹਨਾਂ ਕਸ਼ਮੀਰ ਦੇ ਪੰਡਤਾਂ ਨੇ ਜਦੋਂ ਪੰਜਾਬ ਦੀ ਧਰਤੀ ਤੇ ਪੁੱਜੇ, ਇੱਥੇ ਆ ਕੇ ਪਤਾ ਕਰਨਾ ਕੀਤਾ ਕਿ ਆਨੰਦਪੁਰ ਸਾਹਿਬ ਕਿੱਥੇ ਕ ਹੈ, ਸੱਚ ਕਿੰਨੀ ਕੁ ਦੂਰੀ ਤੇ ਪੈਂਦਾ। ਇਹ ਨੀ ਦਿਨੀ ਆਨੰਦਪੁਰ ਸਾਹਿਬ ਨਵਾਂ ਨਵਾਂ ਵਸਿਆ ਨਗਰ ਸੀ, ਜਿਸ ਦੀ ਨੀਂਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਰੱਖੀ ਸੀ। ਖਾਲਸਾ ਦੀ ਗੁਰੂ ਤੇਗ ਬਹਾਦਰ ਮਹਾਰਾਜ ਨਿੱਤਾ ਪ੍ਰਤੀ ਗੁਰੂ ਕੀ ਸਿੰਘ ਅੱਜ ਵੀ ਉਹ ਥੜਾ ਬਿਰਾਜਮਾਨ ਹੈ ਜਿੱਥੇ ਗੁਰਦੁਆਰਾ ਬਣਿਆ ਹੋਇਆ। ਇਸ ਥੜਾ ਸਾਹਿਬ ਤੇ ਬੈਠ ਕੇ ਸਤਿਗੁਰੂ ਪਾਤਸ਼ਾਹ ਪਿਛਲੇ ਦੁਪਹਿਰ ਦੇ ਸਮੇਂ ਆਈਆਂ ਗਈਆਂ ਸੰਗਤਾਂ ਦੇ ਦੁੱਖ ਸੁੱਖ ਸੁਣਿਆ ਕਰਦੇ ਸਨ। ਇਹ ਕਸ਼ਮੀਰ ਦਾ ਪੰਡਿਤ ਗੁਰੂ ਕੀ ਸਿੰਘ ਦੁਰਗਾਦਾਸ ਵਰਗੇ ਪੰਡਿਤ, ਹੋਰ ਬੇਅੰਤ ਸ਼ਰਨਦਾਸ ਵਰਗੇ ਪੰਡਿਤ, ਇਹ ਇੱਕ ਜਥਾ ਕਾਫਲਾ ਕਹਿ ਲੋ ਅੱਜ ਖਾਲਸਾ ਦੀ ਪੁੱਛਦੇ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪੁੱਜਾ। ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਤਿਰ ਗਏ ਡੂਬੇ ਜਿਨਸਰ ਭਾਰ। ਹਿੰਦੁਸਤਾਨ ਦੇ ਵਿੱਚ ਹਿੰਦੂ ਧਰਮ ਦੀ ਹਾਲਤ ਇਹੋ ਜਿਹੀ ਹੋ ਗਈ ਸੀ ਜਿਵੇਂ ਕਿਸੇ ਬਾਗ ਦਾ ਮਾਲੀ ਨਾ ਰਹੇ, ਕਿਸੇ ਬੇੜੇ ਦਾ ਮਲਾਹ ਨਾ ਰਹੇ, ਖਾਲਸਾ ਦੀ ਕਿਸੇ ਰਿਆਸਤ ਦਾ ਰਾਜਾ ਨਾ ਰਹੇ, ਜਿਵੇਂ ਮਾਫ ਕਰਨਾ ਗੁਰੂ ਕੀ ਸੰਗਤ ਕਿਸੇ ਰਿਆਸਤ ਦਾ ਰਾਜਾ ਨਾ ਰਹੇ। ਰਾਜੇ ਤੋਂ ਬਿਨਾਂ ਰਿਆਸਤ ਦੀ ਕਿਹੋ ਜਿਹੀ ਹਾਲਤ ਹੁੰਦੀ ਹੈ, ਖਾਲਸਾ ਦੀ ਇਹੋ ਜਿਹੀ ਹਾਲਤ ਹੋ ਚੁੱਕੀ ਸੀ। ਕਬੀਰ ਬੇੜਾ ਜਰਜਰਾ ਫੂਟੇ 6000, ਹਰੂਏ ਤਿਰ ਗਏ ਡੂਬੇ ਜਿਨਸਨ ਪਹਾੜ। ਇਹ ਕਸ਼ਮੀਰ ਦੇ ਪੰਡਿਤ ਖਾਲਸਾ ਦੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੇ ਵਿੱਚ ਪੁੱਜੇ ਨੇ। ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਬਹੁਤ ਲੰਬੀ ਲਾਈਨ ਲੱਗੀ ਹੋਈ ਸੀ।
ਇਸੇ ਲਾਈਨ ਦੇ ਵਿੱਚ ਗੁਰੂ ਕੀ ਸੰਗਤ ਇਹ ਕਸ਼ਮੀਰ ਦੇ ਪੰਡਿਤ ਖੜੇ ਹੋ ਜਾਂਦੇ ਨੇ। ਜਦੋਂ ਨਮਸਕਾਰ ਕਰਨ ਵਾਲੀਆਂ ਸੰਗਤਾਂ ਨਮਸਕਾਰ ਕਰ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਬੈਠ ਗਈਆਂ, ਇਹ ਕਸ਼ਮੀਰ ਦੇ ਪੰਡਿਤ ਅੱਗੇ ਵਧੇ ਨੇ। ਇਹਨਾਂ ਨੇ ਦੋਵੇਂ ਹੱਥ ਉਤਾਂਹ ਨੂੰ ਕਰਕੇ ਇਹਨਾਂ ਦੇ ਦੰਦ ਜੁੜ ਗਏ। ਮੇਰੇ ਕੰਨਾਂ ਵਿੱਚ ਆਵਾਜ਼ ਪੈ ਰਹੀ ਹੈ ਕਿ ਸੰਤ ਕੱਚੀ ਬਾਣੀ ਪੜ੍ਹਦੇ ਨੇ। ਇਹ ਕੱਚੀ ਕਿਸੇ ਦਾ ਕੱਚਾ ਪਿਓ ਹੈ, ਕਿਸੇ ਦੀ ਕੱਚੀ ਮਾਂ ਹੈ, ਕਿਸੇ ਦਾ ਕੱਚੀ ਨਾਨੀ ਹੈ, ਕਿਸੇ ਦੀ ਕੱਚੀ ਦਾਦੀ ਹੈ, ਕਿਸੇ ਦਾ ਕੱਚਾ ਦਾਦਾ ਹੈ, ਕਿਸੇ ਦਾ ਕੱਚਾ ਨਾਨਾ ਹੈ, ਕਿਸੇ ਦਾ ਕੱਚਾ ਪਿਓ ਹੈ। ਦਾਸ ਬੇਨਤੀ ਕਰਦੇ ਉਹਨਾਂ ਵੀਰਾਂ ਨੂੰ, ਅਸੀਂ ਗੁਰੂ ਗ੍ਰੰਥ ਦੀ ਬਾਣੀ ਪੜ੍ਹਦੇ ਹਾਂ, ਅਸੀਂ ਬਾਣੀ ਦੇ ਅਰਥ ਕਰ ਕਰਕੇ ਵਾਜੇ ਦੀਆਂ ਸੁਰਾਂ ਦੇ ਪੜ੍ਹਦੇ ਹਾਂ ਖਾਲਸਾ ਜੀ, ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ। ਮਾਫ਼ ਕਰਨਾ ਗੁਰੂ ਕੀ ਸੰਗਤ, ਕਿ ਇਹਨਾਂ ਕਸ਼ਮੀਰ ਦੇ ਪੰਡਤਾਂ ਨੇ ਗੁਰੂ ਸਾਹਿਬ ਦੇ ਚਰਨਾਂ ਚ ਹਾ ਦਾ ਨਾਰਾ ਨਹੀਂ ਮਾਰਿਆ ਕਿ ਸੱਚੇ ਪਾਤਸ਼ਾਹ ਡੁੱਬਿਆ ਜਾਂਦਾ ਧਰਮ, ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਕਿ ਇਹ ਗੱਲ ਕਸ਼ਮੀਰ ਦੇ ਪੰਡਤਾਂ ਨੇ ਨਹੀਂ ਸੀ ਕਹੀ, ਆ ਬੋਲਦੇ ਕਿਉਂ ਨਹੀਂ ਖਾਲਸਾ ਜੀ? ਗੁਰੂ ਦੀ ਸੰਗਤ ਗੁਰੂ ਤੇਗ ਬਹਾਦਰ ਮਾਰ ਦੇ ਚਰਨਾਂ ਵਿਚ ਜਾ ਕੇ ਕਸ਼ਮੀਰ ਦੇ ਪੰਡਤਾਂ ਨੇ ਫਰਿਆਦ ਕੀਤੀ ਕਿ ਨਾ ਕੀਤੀ? ਖਾਲਸਾ ਦੀ ਕੀਤੀ ਕਿ ਨਹੀਂ ਕੀਤੀ? ਕੀਤੀ ਨਾ। ਇਹਨਾਂ ਗੱਲ ਦੇ ਵਿਚ ਪੱਲੂ ਪਾਉਂਦੇ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜਿਹੜੇ ਕਹਿੰਦੇ ਕੱਚੀ ਬਾਣੀ ਪੜ੍ਹਦੇ ਨੇ, ਇਹ ਇਹਨਾਂ ਗੱਲ ਕਹੀ, ਸੱਚੇ ਪਾਤਸ਼ਾਹ ਦੰਦ ਜੁੜ ਗਏ ਇਹਨਾਂ ਦੇ, ਸੱਚੇ ਪਾਤਸ਼ਾਹ ਕਿਰਪਾ ਕਰੋ। ਹਜ਼ੂਰ ਨੇ ਪੁੱਛਿਆ, ਪੰਡਿਤ ਜੀ ਕੀ ਗੱਲ ਹੋ, ਕੀ ਗੱਲ ਹੈ, ਕੌਣ ਹੋ ਤੁਸੀਂ ਜਿਨ੍ਹਾਂ ਦੀਆਂ ਤਾਹਾਂ ਨਿਕਲ ਗਈਆਂ? ਮਾਫ਼ ਕਰਨਾ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਪ੍ਰੇਮ ਦੇ ਹੰਝੂ ਵਹਿ ਰਹੇ ਸੁਣ, ਮਾਫ਼ ਕਰਨਾ ਇਹਨਾਂ ਦੀ ਇਹੋ ਜਿਹੀ ਦਰਦਨਾਕ ਹਾਲਤ ਵੇਖ ਕੇ। ਗੁਰੂ ਸਾਹਿਬ ਪੁੱਛ ਰਹੇ ਨੇ, ਉਹ ਤੁਸੀਂ ਕੌਣ, ਕਿੱਥੋਂ ਆਇਓ, ਕਿਸ ਕਾਰਨ ਤੇ ਆਇਓ, ਤੁਹਾਨੂੰ ਕੀ ਦੁੱਖ ਹੈ, ਕੀ ਮੁਸੀਬਤ ਤੁਹਾਡੇ ਤੇ ਆਣ ਪਈ? ਇਹਨਾਂ ਦੇ ਦੰਦ ਜੁੜ ਗਏ, ਤਾਹਾਂ ਨਿਕਲ ਗਈਆਂ, ਬਾਹਾਂ ਖੜੀਆਂ। ਉਤਾਂਹ ਨੂੰ ਕਰਕੇ ਆਖਿਆ, ਸੱਚੇ ਪਾਤਸ਼ਾਹ ਜੇਕਰ ਬਚਾ ਸਕਦੇ ਹੋ, ਧਰਮ ਹੇਤ ਸਾਕਾ ਜਿਨ ਕੀ ਆ, ਸੀਸ ਦੀਆ ਪਰ ਸਿਰ ਨਾ ਦੀਆ। ਇਹਨਾਂ ਕਸ਼ਮੀਰ ਦੇ ਪੰਡਤਾਂ ਨੇ ਖਾਲਸਾ ਜੀ ਦੋਵੇਂ ਹੱਥ ਜੋੜ ਕੇ ਮਾਫ਼ ਕਰਨਾ ਗੱਲ ਦੇ ਵਿਚ ਪੱਲੂ ਪਾ ਕੇ ਸਾਧ ਸੰਗਤ ਜੀ ਬਾਹਾਂ ਖੜੀਆਂ ਕਰਕੇ ਹਾ ਦਾ ਨਾਰਾ ਮਾਰਦੇ ਆਖਿਆ, ਮਹਾਰਾਜ ਬੇਨਤੀ ਇੰਨੀ ਹੈ, ਅਸੀਂ ਕਸ਼ਮੀਰ ਦੇ ਪੰਡਿਤ ਹਾਂ, ਸਾਨੂੰ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ, ਕਿਰਪਾ ਕਰੋ, ਸਾਡੇ ਧਰਮ ਦੀ ਰੱਖਿਆ ਕੀਤੀ ਜਾਵੇ, ਪਾਤਸ਼ਾਹ ਇੱਕ ਫਰਿਆਦ ਲੈ ਕੇ ਆਏ ਆ, ਸਾਡੇ ਡੁੱਬੇ ਜਾਂਦੇ ਧਰਮ ਦੀ ਰੱਖਿਆ ਕਰੋ। ਮਹਾਰਾਜ ਤੁਹਾਡੇ ਤੋਂ ਬਿਨਾਂ ਇਸ ਡੁੱਬੇ ਜਾਂਦੇ ਧਰਮ ਦੀ ਰੱਖਿਆ ਕੋਈ ਨਹੀਂ ਕਰ ਸਕਦਾ। ਕਸ਼ਮੀਰ ਦੇ ਪੰਡਤਾਂ ਨੇ ਬੇਨਤੀ ਕੀਤੀ, ਮਹਾਰਾਜ ਜੇ ਬਚਾ ਸਕਦੇ ਹੋ, ਜੇ ਬਚਾ ਸਕਦੇ ਹੋ ਤਾਂ ਡੁੱਬਾ ਜਾਂਦਾ ਧਰਮ ਬਚਾ ਲਓ। ਇਹ ਗੱਲ ਕਹੀ ਹੈ, ਇਹ ਗੱਲ ਤਾਂ ਪੱਕੀ ਹੈ ਕਿ ਜੇ ਬਚਾ ਸਕਦੇ ਹੋ ਡੁੱਬਦਾ ਧਰਮ ਬਚਾ ਲਓ। ਜੇ ਵਾਜੇ ਦੀਆਂ ਸੁਰਾਂ ਤੇ ਪੜ ਦਿੱਤਾ ਤਾਂ ਇਹਦੇ ਚ ਕੱਚੀ ਗੱਲ ਕਿਹੜੀ ਹੈ? ਡੁੱਬਦਾ ਧਰਮ ਬਚਾ ਲਓ ਜੇਕਰ ਬਚਦਾ, ਜੇਕਰ ਬਚਦਾ ਡੁੱਬਦਾ ਧਰਮ ਬਚਾ ਲਓ, ਬਚਦਾ ਜੇਕਰ ਬਚਦਾ, ਉਹ ਡੁੱਬਦਾ ਧਰਮ ਡੁੱਬਦਾ ਧਰਮ ਬਚਾਲਾ, ਵਜਦਾ ਜੇਕਰ ਬਚਦਾ, ਉਹ ਡੁੱਬਦਾ ਧਰਮ ਬਚਾਲਾ। ਜੇਕਰ ਬਚਦਾ